ਕੈਨੇਡਾ ਦੇ ਵਿੱਚ 19 ਅਕਤੂਬਰ ਨੂੰ ਹੋਈਆਂ ਫੈਡਰਲ ਚੋਣਾਂ ਦੇ ਵਿੱਚ ਹਲਕਾ ਐਡਮਿੰਟਨ ਮਿਲਵਰਟਸ ਤੋਂ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਅਮਰਜੀਤ ਸੋਹੀ ਜੋ ਅੱਜ ਕੈਬਨਿਟ ਮੰਤਰੀ ਬਣੇ ਹਨ। ਆਈ ਅਮਰਜੀਤ ਸੋਹੀ ਡੂ ਸੋਲਮਲੀ ਐਂਡ ਸਿੰਸੀਅਰਲੀ ਡਿਕਲੇਅਰ ਦੈਟ ਆਈ ਸ਼ੈਲ ਬੀ ਅ ਟਰੂ ਐਂਡ ਫੇਥਫੁਲ ਸਰਵੈਂਟ ਟੂ ਹਰ ਮੈਜੈਸਟੀ ਕੁਈਨ ਐਲਿਜ਼ਬੈਥ II ਐਜ਼ ਅ ਮੈਂਬਰ ਹਰ ਮੈਜੈਸਟੀਜ਼ ਪ੍ਰੀਵੀ ਕੌਂਸਲ ਆਫ ਕੈਨੇਡਾ। ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਸਾਰਾ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਨੇ। ਵਰਣਨਯੋਗ ਹੈ ਕਿ ਅਮਰਜੀਤ ਸੋਹੀ ਪੰਜਾਬ ਤੋਂ ਇੱਕ ਸੁਪਨਾ ਲੈ ਕੇ ਕੈਨੇਡਾ ਆਏ ਸਨ। ਇੱਥੇ ਆ ਕੇ ਆਪਣੇ ਰੁਜ਼ਗਾਰ ਦੇ ਨਾਲ ਨਾਲ 3 ਵਾਰ ਕੌਂਸਲਰ ਬਣੇ ਅਤੇ ਹੁਣ ਮੈਂਬਰ ਪਾਰਲੀਮੈਂਟ ਬਣ ਕੇ ਜੋ ਕੈਬਨਿਟ ਮੰਤਰੀ ਬਣੇ ਹਨ, ਇਸ ਦੇ ਨਾਲ ਸਾਰੇ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਆ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਘਰ ਵਿਖੇ ਉਹਨਾਂ ਦੇ ਰਿਸ਼ਤੇਦਾਰ ਭਰਾ ਸਾਰੇ ਇਕੱਠੇ ਹੋਏ ਨੇ। ਅਸੀਂ ਗੱਲਬਾਤ ਕਰਦੇ ਉਹਨਾਂ ਦੇ ਵੱਡੇ ਬ੍ਰਦਰ ਜਗਦੇਵ ਸੋਹੀ ਦੇ ਨਾਲ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ। ਸੋਹੀ ਸਾਹਿਬ, ਇਸ ਵੱਡੀ ਪ੍ਰਾਪਤੀ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਜਿਹੜੀ ਸਾਨੂੰ ਇਸ ਵੇਲੇ ਖੁਸ਼ੀ ਹੋਈ ਹੈ ਜੀ, ਉਹਦਾ ਕੋਈ ਅੰਤ ਨਹੀਂ। ਇੰਨੀ ਵੱਡੀ ਖੁਸ਼ੀ ਹੈ ਅਤੇ ਉਹਦਾ ਸਿਹਰਾ ਜਿਹੜਾ ਜਾਂਦਾ ਸਾਰੇ ਵਲੰਟੀਅਰਸ ਅਤੇ ਸਾਡੇ ਜਿਹੜੇ ਭੈਣ ਭਰਾ ਸੀਗੇ ਜਿਹੜੇ ਉਹਨਾਂ ਦੇ। ਟਰੂਡੋ ਸਾਹਿਬ 'ਤੇ ਵੀ ਇਸ ਗੱਲ ਦਾ ਬਹੁਤ ਸਾਨੂੰ ਮਾਣ ਹੈ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਉੱਥੇ ਗਏ ਨੂੰ ਉਹਨਾਂ ਨੂੰ ਐਡਾ ਮਾਣ ਬਖਸ਼ਿਆ, ਐਡਾ ਵੱਡੀ ਪਦਵੀ ਦਿੱਤੀ ਹੈ। ਮੇਰੇ ਅਮਰਜੀਤ ਸੋਹੀ ਮੇਰੇ ਚਾਚਾ ਜੀ ਨੇ, ਉਹਨਾਂ ਦਾ ਚੰਗਾ ਆਖਸ਼ ਸੀ ਜਿਹੜਾ ਸਾਨੂੰ ਜੇ ਕਿਸ ਤੋਂ ਵੋਟ ਮੰਗਦੇ ਸੀ ਅੱਗੋਂ ਇਹ ਹੰਗਾਰਾ ਮਿਲਦਾ ਸੀ, ਬਾਈ ਜੀ ਕਹਿਣ ਦੀ ਲੋੜ ਨਹੀਂ ਹੈਗੀ, ਸਾਡੇ ਚਾਚੇ ਦੇ ਕੰਮ ਕੀਤੇ ਹੋਏ ਸੀਗੇ। ਉਹਨਾਂ ਨੇ ਪਹਿਲਾਂ ਇਸ ਸ਼ਹਿਰ ਲਈ ਬਹੁਤ ਕੰਮ ਕੀਤੇ ਨੇ ਅਤੇ ਸਾਰਿਆਂ ਨੂੰ ਉਮੀਦ ਸੀ ਵੀ ਜਸਟਿਨ ਟਰੂਡੋ ਉਹਨਾਂ ਨੂੰ ਆਪਣੀ ਕੈਬਨਿਟ 'ਚ ਜ਼ਰੂਰ ਲੈਣਗੇ ਮੰਤਰੀ, ਅਤੇ ਉਹਨਾਂ ਦੀਆਂ ਆਸਾਂ 'ਤੇ ਪੂਰੇ ਉਤਰਨਗੇ। PTC ਪੰਜਾਬੀ ਦੇ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੀ ਹਰ ਪੱਖੋਂ ਨਿਊਟਰਲ ਰਹਿ ਕੇ ਬੜੇ ਚੰਗੇ ਢੰਗ ਨਾਲ ਸਾਡੀ ਸਹਾਇਤਾ ਕੀਤੀ ਹੈ। ਅਸੀਂ ਜਿੱਥੇ ਵਲੰਟੀਅਰ ਦੇ, ਜਿੱਥੇ ਹੋਰ ਰਿਸ਼ਤੇਦਾਰਾਂ ਦੇ, ਦੋਸਤਾਂ ਮਿੱਤਰਾਂ ਦੇ ਸਲਾਘਾ ਕਰਦੇ ਹਾਂ, ਉੱਥੇ ਅਸੀਂ ਤਹਿ ਦੇ ਲੋਕ ਮੀਡੀਆ ਦੀ ਵੀ ਸਲਾਘਾ ਕਰਦੇ ਹਾਂ। ਤੁਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਸੱਜਣਾ ਮਿੱਤਰਾਂ ਦੇ ਵਿੱਚ ਉਤਸ਼ਾਹ ਅਤੇ ਕਿਸ ਤਰ੍ਹਾਂ ਅੱਖਾਂ ਖੁਸ਼ੀ ਦੇ ਨਾਲ ਚਮਕ ਰਹੀਆਂ ਨੇ ਕਿ ਇੱਕ ਸਧਾਰਨ ਵਿਅਕਤੀ ਆਪਣੀ ਮਿਹਨਤ ਦੇ ਨਾਲ ਇਸ ਮੁਕਾਮ 'ਤੇ ਪਹੁੰਚ ਸਕਦਾ। ਇੱਕ ਹੋਰ ਗੱਲ ਵਰਣਨਯੋਗ ਆ ਕਿ ਅਮਰਜੀਤ ਸੋਹੀ ਨੇ ਜੋ ਇਹ ਕੈਂਪੇਨ ਚਲਾਈ ਬਹੁਤ ਹੀ ਨਿਊਟਰਲ, ਸਾਫ਼ ਸੁਥਰੀ ਅਤੇ ਸਤਿਕਾਰਯੋਗ ਸੀ, ਜਿਸ ਕਰਕੇ ਹਰ ਵਰਗ ਦੇ ਲੋਕਾਂ ਨੇ ਇਹਨਾਂ ਨੂੰ ਭਾਰੀ ਵੋਟਾਂ ਪਾ ਕੇ ਕਾਮਯਾਬ ਕੀਤਾ। ਖਾਸ ਤੌਰ 'ਤੇ ਜਿਵੇਂ ਉਹਨਾਂ ਨੇ 4 ਮੈਂਬਰ ਜਿਹੜੇ ਨੇ ਆਪਣੀ ਕੈਬਨਿਟ ਦੇ, 3 ਮੇਲ ਔਰ 1 ਫੀਮੇਲ ਪੰਜਾਬੀ ਭਾਈਚਾਰੇ ਵਿੱਚੋਂ ਲਏ ਨੇ, ਇਹ ਸੱਚਮੁੱਚ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਮਾਣ ਹੈ। ਔਰ ਜਿਵੇਂ ਡਿਫੈਂਸ ਦਾ ਮਹਿਕਮਾ ਸੱਜਣ ਸਾਹਿਬ ਨੂੰ ਦਿੱਤਾ ਹੈ, ਇਸੇ ਤਰ੍ਹਾਂ ਨਵਦੀਪ ਬੈਂਸ ਬੜਾ ਅੱਛਾ ਪੜ੍ਹਿਆ ਲਿਖਿਆ ਔਰ ਕੁਆਲੀਫਾਈਡ ਗਾਏ ਹੈ, ਇਸੇ ਤਰ੍ਹਾਂ ਬੀਬੀ ਚੱਗੜ, ਉਹ ਵੀ ਬਹੁਤ ਸੁਹਿਰਦ ਵਰਕਰ ਨੇ ਲਿਬਰਲ ਪਾਰਟੀ ਦੇ, ਔਰ ਅਮਰਜੀਤ ਵੀਰ ਦਾ ਤਾਂ ਕਹਿਣਾ ਕੀ ਹੈ। ਮੈਂ ਬਹੁਤ ਰੀਅਲੀ ਲਾਈਕ ਆਈ ਵਾਜ਼ ਲਾਈਕ ਵੈਰੀ ਹੈਪੀ ਇਨ ਦਾ ਮੋਰਨਿੰਗ ਵੈਨ ਆਈ ਵਾਚ ਦਾ TV ਲਾਈਕ ਹੀ ਇਜ਼ ਅ ਕੈਬਨਿਟ ਮਿਨਿਸਟਰ ਨਾਓ ਐਂਡ ਦੈਨ ਆਈ ਕਾਲ ਮਾਈ ਫਰੈਂਡਸ ਐਂਡ ਐਵਰੀਵਨ, ਆਈ ਐਮ ਰੀਅਲੀ ਵੈਰੀ ਹੈਪੀ। ਅਮਰਜੀਤ ਵੀ ਜੋ ਖੂਬੀ ਹੈ, ਉਹਦੀ ਵੀ ਟੀਮ ਐਫਰਟਸ ਦੀ ਖੂਬੀ ਹੈ, ਉਹਦੇ ਵਿੱਚ ਕਹਿਣ ਦੇ ਕਰਨੀ ਦਾ ਸੁਮੇਲ ਹੈ, ਜੋ ਕਹਿੰਦਾ ਉਹ ਕਰਦਾ, ਉਹਦੇ ਪਿੱਛੇ ਉਹ ਪੂਰਾ ਡਟਦਾ ਹੈਗਾ। ਐਵਰੀਬਡੀ ਸੋ ਹੈਪੀ ਐਂਡ ਮਤਲਬ ਸਾਰੇ ਐਡਮਿੰਟਨ ਵੀ ਖੁਸ਼ ਹੋਣਾ ਚਾਹੀਦਾ ਵੀ ਬਾਈ ਉਹਨਾਂ ਨੇ ਜਿਵੇਂ ਐਡਮਿੰਟਨ 'ਚ ਕੰਮ ਕਰੇ ਨੇ, ਹੁਣ ਉਹ ਚਾਹੀਦੀ ਸੀ ਵੀ ਉਹ ਆਵਾਜ਼ ਨੈਸ਼ਨਲ ਬਣੇ, ਫੈਡਰਲ 'ਚ ਜਾਵੇ ਅਤੇ ਸਾਰੀ ਸਟੇਟ ਨੂੰ ਜਾਂ ਸ਼ਹਿਰ ਨੂੰ ਅਤੇ ਆਲ ਓਵਰ ਕੈਨੇਡਾ ਨੂੰ ਵੀ ਫਾਇਦਾ ਹੋਵੇ। ਐਂਡ ਜਿਹੜਾ ਡਿਪਾਰਟਮੈਂਟ ਮਿਲਿਆ ਇਨਫਰਾਸਟ੍ਰਕਚਰ ਦਾ, ਉਹ ਤਾਂ ਸੁਣ 'ਤੇ ਸੁਹਾਗਾ ਹੀ ਹੋ ਗਿਆ। ਇੱਕ ਬਾਪ ਵਾਸਤੇ ਸਭ ਤੋਂ ਅਹਿਮ ਦਿਨ ਹੁੰਦਾ ਜਦੋਂ ਉਹਨਾਂ ਦੇ ਬੱਚੇ ਤਰੱਕੀ ਕਰਦੇ ਹਨ। ਅੱਜ ਸਾਡੇ ਨਾਲ ਅਮਰਜੀਤ ਸੋਹੀ ਜੋ ਕੈਨੇਡਾ ਦੇ ਵਿੱਚ ਕੈਬਨਿਟ ਮੰਤਰੀ ਬਣੇ ਹਨ, ਉਹਨਾਂ ਦੇ ਪਿਤਾ ਜੀ ਸਰਦਾਰ ਗੁਰਬਖਸ਼ ਸਿੰਘ ਸੋਹੀ ਗੱਲਬਾਤ ਕਰਨ ਲਈ ਹਾਜ਼ਰ ਨੇ। ਬਾਪੂ ਜੀ, ਬੇਟਾ ਮੰਤਰੀ ਬਣਿਆ, ਕੈਨੇਡਾ 'ਚ ਕੀ ਮਹਿਸੂਸ ਕਰਦੇ ਹੋ, ਕਿੱਦਾਂ ਲੱਗਦਾ? ਉਹ ਤਾਂ ਬਹੁਤ ਚੰਗਾ ਹੋ ਗਿਆ ਜੀ, ਨਾਲੇ ਬਹੁਤ ਵਧੀਆ ਕੰਮ ਕਰੂਗਾ, ਸਭ ਦੇ ਕੰਮ ਸਾਰਿਆਂ ਲੋਕਾਂ ਦਾ ਫਾਇਦਾ ਉਹਨੂੰ ਹੋਣੇ, ਸਾਰਿਆਂ ਦੇ ਕੰਮ ਇੱਕੋ ਜਿਹੇ ਕਰੂ, ਐਂ ਨਹੀਂ ਕਿਸੇ ਨੂੰ ਚੰਗਾ ਨਹੀਂ ਕਰਦਾ, ਕਿਸੇ ਨੂੰ ਮਾੜਾ ਨਹੀਂ ਕਰਦਾ। ਜੋ ਅਮਰਜੀਤ ਸੋਹੀ ਐਡਮਿੰਟਨ ਮਿਲਵਰਟਸ ਤੋਂ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਕੇ ਕੈਬਨਿਟ ਮੰਤਰੀ ਬਣੇ ਹਨ, ਸਾਨੂੰ ਬਹੁਤ ਆਸਾਨ ਹੈ ਕਿ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਆਪਣੇ ਕੌਂਸਲਰ ਹੁੰਦਿਆਂ ਬਹੁਤ ਅਹਿਮ ਅਤੇ ਸ਼ਲਾਘਾਯੋਗ ਕੰਮ ਕੀਤੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਭਾਈਚਾਰੇ ਦੀ, ਕੈਨੇਡਾ ਦੀ ਸੇਵਾ ਕਰਦੇ ਰਹਿਣਗੇ ਅਤੇ ਪੰਜਾਬੀ ਭਾਈਚਾਰੇ ਦਾ ਹੋਰ ਨਾਮ ਉੱਚਾ ਕਰਦੇ ਰਹਿਣਗੇ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।